ਸਤਿ ਸ਼੍ਰੀ ਅਕਾਲ, ਹਮਦਰਦ ਟੀ ਵੀ ਵੇਖ ਰਹੇ ਹੋ ਤੁਸੀਂ ਅਤੇ ਮੈਂ ਤੁਹਾਡੇ ਨਾਲ ਜਤਿੰਦਰ ਕੌਰ। ਅੱਜ ਦੇ ਟੌਪਿਕ ਦੇ ਵਿੱਚ ਗੱਲ ਕਰਾਂਗੇ AI ਦੀ। AI ਨੇ ਅੱਜ ਦੁਨੀਆ ਭਰ ਦੇ ਇਨਸਾਨਾਂ ਨੂੰ ਆਪਣੀ ਪਕੜ ਦੇ ਵਿੱਚ ਲੈ ਲਿਆ। ਅੱਜ ਦੁਨੀਆ ਭਰ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਬੜੀ ਤੇਜ਼ੀ ਦੇ ਨਾਲ ਇਨਸਾਨਾਂ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਕੁਝ ਕੁ ਦਿਨ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਯਾਨੀ ਕਿ AI ਇਨਸਾਨਾਂ ਦੀ ਥਾਂ ਨਹੀਂ ਲਵੇਗੀ, ਸਗੋਂ AI ਦੇ ਆਉਣ ਦੇ ਨਾਲ ਕੰਮ ਕਰਨ ਦਾ ਤਰੀਕਾ ਬਦਲ ਜਾਵੇਗਾ। ਪਰ ਹੁਣ ਅਜਿਹਾ ਲੱਗ ਰਿਹਾ ਕਿ AI ਇਨਸਾਨਾਂ ਦੀ ਥਾਂ ਲੈ ਰਹੀ ਹੈ। ਅਸੀਂ ਅਜਿਹਾ ਇਸ ਲਈ ਆਖ ਰਹੇ ਹਾਂ ਕਿਉਂਕਿ ਹਾਲ ਹੀ ਦੇ ਕੁਝ ਦਿਨਾਂ ਦੇ ਵਿੱਚ ਅਸੀਂ AI ਅਧਿਆਪਕਾਂ ਤੋਂ ਲੈ ਕੇ AI ਮਾਡਲ ਤੱਕ ਨੂੰ ਵੀ ਵੇਖਿਆ। ਸੋਫਟਵੇਅਰ ਇੰਜੀਨੀਅਰ ਵੀ AI ਲਾਂਚ ਹੋ ਗਿਆ। ਤਾਜ਼ਾ ਰਿਪੋਰਟ ਦੀ ਗੱਲ ਕਰੀਏ ਤਾਂ ਚੀਨ ਦੇ ਬੀਜ਼ਿੰਗ ਦੇ ਵਿੱਚ ਦੁਨੀਆ ਦਾ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਹਸਪਤਾਲ ਬਣ ਕੇ ਤਿਆਰ ਹੋ ਗਿਆ, ਜਿਸ ਦਾ ਨਾਮ ਏਜੰਟ ਹਸਪਤਾਲ ਰੱਖਿਆ ਗਿਆ। ਹਸਪਤਾਲ ਦੇ ਸ਼ੁਰੂ ਹੋਣ ਦੇ ਨਾਲ ਕਈ ਡਾਕਟਰਾਂ ਦਾ ਕਰੀਅਰ ਵੀ ਖਤਰੇ ਦੇ ਵਿੱਚ ਜਾਪ ਰਿਹਾ ਹੈ। ਆਓ ਜਾਣਦੇ ਹਾਂ ਕਿ ਇਸ ਨਵੇਂ ਹਸਪਤਾਲ ਬਾਰੇ ਡਾਕਟਰਾਂ ਦਾ ਕੀ ਕਹਿਣਾ ਹੈ ਅਤੇ ਹਸਪਤਾਲ ਨੂੰ ਲੈ ਕੇ ਡਾਕਟਰਾਂ ਦਾ ਮਾਹਰਾਂ ਦਾ ਹੋਰ ਕੀ ਕਹਿਣਾ ਹੈ। ਚੀਨ ਦੇ ਵਿੱਚ AI ਹਸਪਤਾਲਾਂ ਦੀ ਸ਼ੁਰੂਆਤ ਹੋਣਾ ਸਿਹਤ ਸੰਭਾਲ ਦੇ ਵਿੱਚ ਤਕਨੀਕੀ ਨਵੀਨਤਾਵਾਂ ਦੇ ਵਿੱਚ ਇੱਕ ਬੇਹੱਦ ਮਹੱਤਵਪੂਰਨ ਕਦਮ ਹੈ। ਜਾਣਕਾਰੀ ਮੁਤਾਬਕ ਇਹਨਾਂ ਹਸਪਤਾਲਾਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਨਾਲ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਦੀ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਤੇਜ਼ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਜਾਣਕਾਰੀ ਦੇ ਲਈ ਦੱਸੀਏ ਕਿ ਨਵੇਂ ਹਸਪਤਾਲ ਨੂੰ ਸਿਹੁਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਹਾਈਟੈਕ ਹਸਪਤਾਲ ਦੇ ਵਿੱਚ ਅੱਜ ਦੇ ਸਮੇਂ 'ਚ 14 AI ਡਾਕਟਰ ਅਤੇ 4 ਨਰਸਾਂ ਨੇ ਜਿਹੜੇ ਹਰ ਰੋਜ਼ ਲਗਭਗ 3000 ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ। ਇਹ AI ਡਾਕਟਰ ਆਮ ਡਾਕਟਰਾਂ ਦੇ ਨਾਲੋਂ ਬਿਹਤਰ ਅਤੇ ਤੇਜ਼ ਦੱਸੇ ਗਏ ਨੇ। ਅਸਲ ਦੇ ਵਿੱਚ AI ਤਕਨੀਕਾਂ ਜਿਵੇਂ ਕਿ ਮਸ਼ੀਨ ਸਿਖਲਾਈ, ਡਾਟਾ ਵਿਸ਼ਲੇਸ਼ਣ ਦੀ ਵਰਤੋਂ ਕਰਕੇ ਡਾਕਟਰ ਮਰੀਜ਼ਾਂ ਦੀ ਸਿਹਤ ਸਥਿਤੀ ਦਾ ਬਿਹਤਰ ਮੁਲਾਂਕਣ ਕਰ ਸਕਦੇ ਨੇ ਅਤੇ ਵਿਅਕਤੀਗਤ ਇਲਾਜ ਯੋਜਨਾਵਾਂ ਬਣਾ ਸਕਦੇ ਨੇ। ਇਹ ਨਾ ਸਿਰਫ ਡਾਕਟਰੀ ਪ੍ਰਕਿਰਿਆਵਾਂ ਦੇ ਵਿੱਚ ਸੁਧਾਰ ਕਰਦੇ ਨੇ, ਸਗੋਂ ਸਿਹਤ ਸੰਭਾਲ ਖਰਚਿਆਂ ਨੂੰ ਵੀ ਘਟਾਉਂਦੇ ਨੇ। ਦੱਸ ਦਈਏ ਕਿ ਇਸ ਹਸਪਤਾਲ ਦੇ ਤਿਆਰ ਹੋਣ ਤੋਂ ਬਾਅਦ ਵੱਖ ਵੱਖ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ। ਕਿਸੇ ਦਾ ਕਹਿਣਾ ਹੈ ਕਿ ਜਿਵੇਂ ਮਾਹਰ ਡਾਕਟਰ ਇਲਾਜ ਕਰ ਸਕਦੇ ਨੇ, ਉਵੇਂ ਇਲਾਜ ਇਹ ਮਸ਼ੀਨਾਂ ਜ਼ਰੀਏ ਸੰਭਵ ਨਹੀਂ ਹੋਵੇਗਾ। ਉੱਥੇ ਹੀ ਦੂਜੇ ਪਾਸੇ ਦੁਨੀਆ ਦੇ ਕਈ AI ਮਾਹਰਾਂ ਦਾ ਇਹ ਕਹਿਣਾ ਹੈ ਕਿ AI ਹਸਪਤਾਲਾਂ ਦੇ ਵਿੱਚ ਰੋਬੋਟਿਕ ਸਰਜਰੀ ਤੋਂ ਲੈ ਕੇ ਟੈਲੀਮੈਡੀਸਨ ਤੱਕ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਆਮ ਡਾਕਟਰਾਂ ਨੂੰ ਚੁਣੌਤੀ ਵੀ ਦੇ ਸਕਦੇ ਨੇ ਅਤੇ ਮਰੀਜ਼ਾਂ ਨੂੰ ਬਿਹਤਰ ਇਲਾਜ ਵੀ ਪ੍ਰਦਾਨ ਕਰੇਗੀ। ਦੱਸ ਦਈਏ ਕਿ ਇਹ AI ਮਾਹਰਾਂ ਦਾ ਕਹਿਣਾ ਹੈ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ AI ਦੇ ਨਾਲ ਮਰੀਜ਼ਾਂ ਦਾ ਇਲਾਜ ਕਰਨਾ ਸੰਭਵ ਹੋਵੇਗਾ ਜਾਂ ਫਿਰ ਡਾਕਟਰਾਂ ਦੀ ਸਹਾਇਤਾ ਦੇ ਨਾਲ ਹੀ ਮਰੀਜ਼ਾਂ ਦਾ ਇਲਾਜ ਬਿਹਤਰ ਤਰੀਕੇ ਨਾਲ ਹੋ ਸਕਦਾ ਹੈ। ਬਿਊਰੋ ਰਿਪੋਰਟ, ਹਮਦਰਦ TV।